ਹੈਲੋ ਹਾਂਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਹਾਂਜੀ ਦੋ ਸਪੈਸ਼ਲ ਫਲੈਟਾਂ ਹੀ ਆਪਣੇ ਏਜੰਸੀ ਵਾਲੇ ਵੀਰਾਂ ਵੱਲੋਂ ਆਪਣੇ ਚੈਨਲ ਤੇ ਪੇਡ ਐਡ ਲਗਾਈ ਗਈ ਆ ਤਾਂ ਜਿਹੜੀ 7 ਫਰਵਰੀ ਨੂੰ ਜਿਹੜੀ ਫਲੈਟ ਆਈ ਅੰਮ੍ਰਿਤਸਰ ਤੋਂ ਬੈਰਗਾਮੋ ਦੇ ਲਈ ਆ ਤੇ 8 ਫਰਵਰੀ ਨੂੰ ਹੈਗੀ ਆਈ ਬੈਰਗਾਮੋ ਤੋਂ ਅੰਮ੍ਰਿਤਸਰ ਦੇ ਲਈ ਜਿਹੜੀ ਫਲੈਟ ਆ ਜੇ ਤੁਸੀਂ ਇੰਡੀਆ ਤੋਂ ਹੀ ਇਟਲੀ ਆਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਕਨੈਕਟ ਕਰ ਸਕਦੇ ਆ ਜਾਂ ਫਿਰ ਤੁਸੀਂ ਇਟਲੀ ਤੋਂ ਇੰਡੀਆ ਜਾਣਾ ਚਾਹੁੰਦੇ ਆ ਤਾਂ ਵੀ ਤੁਸੀਂ ਕਨੈਕਟ ਕਰ ਸਕਦੇ ਆ ਜਿਹੜੀਆਂ ਤੁਹਾਨੂੰ ਸਪੈਸ਼ਲ ਆਫਰਸ ਦਿੱਤੀਆਂ ਜਾ ਰਹੀਆਂ ਆ ਇਹ ਫਲੈਟਾਂ ਤੇ ਜੇ ਤੁਸੀਂ ਆਪਣੇ ਚੈਨਲ ਦਾ ਨਾਮ ਲੰ데요 ਇਹ ਟਿਕਟ ਲੈਂਡ ਸਮੇ ਵੀ ਹਾਂ ਅਸੀਂ ਉਹ ਚੈਨਲ ਤੇ ਤੁਹਾਡੀ ਐਡ ਦੇਖੀ ਆ ਯੂਰਪ ਵਿੱਚ ਪੰਜਾਬੀ ਵਾਲੇ ਤੇ ਤਾਂ ਜਿਹੜਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਊਗਾ ਤੇ ਹੋਰ ਵੀ ਜਿਹੜੀਆਂ ਕਾਫੀ ਸਾਰੀਆਂ ਫਲੈਟਾਂ ਆ ਉਹਨਾਂ ਤੇ ਹੁਣ ਡਿਸਕਾਊਂਟ ਚੱਲ ਰਿਹਾ ਹੈ ਤੇ ਤੁਹਾਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਜਿਹੜੀ ਟਿਕਟ ਮਿਲ ਸਕਦੀ ਆ ਤੇ ਹੋਰ ਵੀ ਜੇ ਤੁਹਾਨੂੰ ਕੋਈ ਹੋਰ ਸੈਤਤ ਰਹਿਨਤਾ ਜਾਂ ਤੁਸੀਂ ਈਜ਼ੇ ਬਣਾਉਣਾ ਆਨਲਾਈਨ ਤੁਸੀਂ ਸਾਰਾ ਪੇਪਰ ਵਰਕ ਹੀ ਆਪਣਾ ਕਰਵਾ ਸਕਦੇ ਆ ਘਰ ਬੈਠੇ ਹੀ ਆਪਣਾ ਤੁਸੀਂ ਆਨਲਾਈਨ ਵਟਸਐਪ ਰਾਹੀਂ ਈਜ਼ੇ ਵਗੈਰਾ ਡਾਕੂਮੈਂਟਸ ਭੇਜ ਕੇ ਤਾਂ ਤੁਸੀਂ ਬਣਾ ਸਕਦੇ ਆ ਤੇ ਸਾਰੇ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਆ ਤੇ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਆਪਣੀ ਪਹਿਲੀ ਅਪਡੇਟ ਵੱਲ ਜਿਹੜੀ ਪਹਿਲੀ ਅਪਡੇਟ ਆ ਤਾਂ ਹੀ ਉਹ ਵੀ ਯੂਰਪੀ ਯੂਨੀਅਨ ਦੇ ਮੈਪ ਦੇ ਵਿੱਚ ਜਿਹੜੀਆਂ ਇਟਲੀ ਦੀਆਂ ਕੁਝ ਸਟੇਟਾਂ ਆਈ ਉਹਨਾਂ ਨੂੰ ਡਾਰਕ ਰੈਡ ਜ਼ੋਨ ਦੇ ਵਿੱਚ ਪਾਇਆ ਗਿਆ ਹੈ ਇਹ ਜਿਹੜੀਆਂ ਸਟੇਟਸ ਆ ਤਾਈ ਵੈਨਤੋ ਤੇ ਮੀਲੀਆ ਰੋਮਾਨੀਆ ਤੇ ਜੂਲੀਆ ਤੇ ਬੁਲਜ਼ਾਨੋ ਇਹ ਮਕਸਦ ਇਹਨਾਂ ਦਾ ਇਹ ਗੱਲ ਤੋਂ ਹੀ ਆ ਵੀ ਜਿਵੇਂ ਹੁਣ ਇਹਨਾਂ ਨੇ ਇਹਨਾਂ ਨੂੰ ਡਾਰਕ ਰੈਡ ਜ਼ੋਨ ਦੇ ਵਿੱਚ ਪਾਇਆ ਇਹ ਜਿਹੜੀਆਂ ਚਾਰ ਸਟੇਟ ਆਪਾਂ ਨੇ ਤੁਹਾਨੂੰ ਦੱਸੀਆਂ ਇਟਲੀ ਦੀਆਂ ਤਾਂ ਜਿਵੇਂ ਤੁਸੀਂ ਇਹ ਸਟੇਟ ਦੇ ਵਿੱਚੋਂ ਕਿਸੇ ਦੂਜੀ ਕੰਟਰੀ ਦੇ ਵਿੱਚ ਮੂਵ ਕਰਨਾ ਹੈ ਤਾਂ ਜਿਹੜਾ ਤੁਹਾਡੇ ਪਾਈ ਸਵੈਪ ਟੈਸਟ ਜਾਂ ਫਿਰ ਕੋਵਿਡ-19 ਦਾ ਟੈਸਟ ਆ ਵੀ ਇਹੋ ਹੋਣਾ ਚਾਹੀਦਾ ਈ ਤੁਹਾਡੇ ਕੋਲ ਜੇ ਤੁਸੀਂ ਕਿਤੇ ਵੀ ਹੋਰ ਕੰਟਰੀ ਦੇ ਵਿੱਚ ਮੂਵ ਕਰ ਰਹੇ ਆ ਜਿਵੇਂ ਮੰਨ ਲਈ ਤੁਸੀਂ ਯੂਕੇ ਦੇ ਵਿੱਚ ਮੂਵ ਕਰ ਰਹੇ ਆ ਤਾਂ ਜਿਹੜਾ ਤੁਹਾਡੇ ਪਾਈ 72 ਘੰਟੇ ਪਹਿਲਾਂ ਦਾ ਟੈਸਟ ਹੋਣਾ ਜ਼ਰੂਰੀ ਆ ਵੀ ਨੈਗੇਟਿਵ ਰਿਪੋਰਟ ਜਿਹੜੀ ਹੋਣੀ ਜ਼ਰੂਰੀ ਆ ਪਰ ਯੂਕੇ ਵਾਲਿਆਂ ਤਾਂ ਇਹ ਤਕਰੀਬਨ ਸਾਰਿਆਂ ਦੇ ਲਈ ਉਹ ਆਹੋ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹਿ ਰਹੇ ਆ ਭਾਵੇਂ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਹੇ ਆ ਭਾਵੇਂ ਤੁਸੀਂ ਯੈਲੋ ਜ਼ੋਨ ਦੇ ਵਿੱਚ ਆ ਚਾਹੇ ਤੁਸੀਂ ਰੈੱਡ ਜ਼ੋਨ ਦੇ ਵਿੱਚ ਆ ਤਾਂ ਜੇ ਤੁਸੀਂ ਯੂਕੇ ਜਾਣਾ ਤਾਂ ਜਿਹੜਾ ਤੁਹਾਡੇ ਪਾ 72 ਘੰਟੇ ਪਹਿਲਾਂ ਦੀ ਰਿਪੋਰਟ ਹੋਣੀ ਚਾਹੀਦੀ ਆ ਜਿਵੇਂ ਯੂਕੇ ਕੈਨੇਡਾ ਤਾਂ ਇਹ ਕੰਟਰੀਆਂ ਦੇ ਵਿੱਚ ਜਾਣਾ ਤੁਹਾਡੀ ਰਿਪੋਰਟ 72 ਘੰਟੇ ਦੇ ਵਿੱਚ ਵਿੱਚ ਚੱਲੀ ਹੋਣੀ ਚਾਹੀਦੀ ਆ ਵੀ 네ਗੇਟਿਵ ਰਿਪੋਰਟ ਹੋਣੀ ਚਾਹੀਦੀ ਆ 72 ਘੰਟੇ ਤੋਂ ਵੱਧ ਟਾਈਮ ਨਹੀਂ ਹੋਇਆ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਹੀ ਚੱਲਦੇ ਆਂ ਜੀ ਆਪਾਂ ਹੁਣ ਆਪਣੀ ਨੈਕਸਟ ਅਪਡੇਟ ਵੱਲ ਜਿਵੇਂ ਕਿ ਹੁਣ ਸਰਕਾਰ ਬਵਾਦਾਂ ਦੇ ਵਿੱਚ ਚੱਲ ਰਹੀ ਆਈ ਕੋਈ ਹਜੇ ਡਿਸੀਜਨ ਲੇ ਨਹੀਂ ਹੋ ਰਿਹਾ ਤਸਲਵਿਨੀ ਅੱਗੇ ਆ ਰਿਹਾ ਹੈ ਤਾਂ ਤਸਲਵਿਨੀ ਦਾ ਕਹਿਣਾ ਕਿ ਇੱਕ ਵਾਰੀ ਜਿਹੜਾ ਮੌਕਾ ਉਹ ਮੈਨੂੰ ਫੇਰ ਦਿੱਤਾ ਜਾਵੇ ਕਿ ਸਰਕਾਰ ਨੂੰ ਚਲਾਉਣ ਦਾ ਪਰ ਜਿਹੜੇ ਜ਼ਿਆਦਾਤਰ ਜਿਹੜੇ ਲੋਕ ਸਹਿਮਤ ਆ ਇਹ ਕੌਂਤੇ ਦੇ ਨਾਲ ਹੀ 80% ਜਿਹੜੇ ਤਕਰੀਬਨ ਦੱਸਿਆ ਜਾ ਰਿਹਾ ਹੈ ਵੀ ਲੋਕ ਸਹਿਮਤ ਆ ਵੀ ਜਿਹੜੀ VOTING ਨਾ ਹੋਵੇ ਵੀ ਕੌਂਤੇ ਹੀ ਦੁਬਾਰਾ ਜਿਹੜਾ ਪ੍ਰੈਜ਼ੀਡੈਂਟ ਬਣਾਈ ਇਹ ਦੇਸ਼ ਦਾ ਤਾਂ ਬਾਕੀ ਹਜੇ ਕੋਈ ਵੀ ਡਿਸੀਜਨ ਹਜੇ ਕਨਫਰਮ ਡਿਸੀਜਨ ਕੋਈ ਲੇ ਨਹੀਂ ਹੋਇਆ ਤੇ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਹੀ ਹਜੇ ਹਜੇ ਕੁਝ ਵੀ ਕੋਈ ਨਿਊ ਅਪਡੇਟ ਨਹੀਂ ਆ ਰਹੀ ਤੇ ਇਸ ਤੋਂ ਬਾਅਦ ਚਲਦੇ ਆਂ ਜੀ ਨੈਕਸਟ ਅਪਡੇਟ ਵੱਲ ਜਿਵੇਂ ਕਿ ਹੁਣ ਆਰਟੀ ਲੈਵਲ ਦੇ ਸਾਬ ਨਾਲ ਕਿ ਜਿਹੜਾ ਤਿੰਨ ਸਟੇਟਾਂ ਦਾ ਜਿਹੜਾ ਆਰਟੀ ਲੈਵਲ ਆ ਇਹੋ ਘਟ ਰਿਹਾ ਹੈ ਕਲੱਬਰੀਆ ਤੇ ਮੀਲੀਨਮਾਨੀਆ ਤੇ ਵੈਨਤੋ ਤਾਂ ਹੁਣ ਦੱਸਿਆ ਜਾ ਰਿਹਾ ਜੀ ਜਿਹੜਾ ਇਹ ਐਤਵਾਰ ਤੋਂ ਵੀ ਜਿਹੜਾ ਇਹਨਾਂ ਦਾ ਜ਼ੋਨ ਆ ਉਹਨੂੰ ਚੇਂਜ ਹੋ ਜਾਣਾ ਜੀ ਜ਼ੋਨ ਇਹਨਾਂ ਨੇ ਜ਼ਾਲੋ ਜ਼ੋਨ ਦੇ ਵਿੱਚ ਚਲੇ ਜਾਣਾ ਤਿੰਨੇ ਸਟੇਟ ਨੇ ਤੇ ਇਸ ਤੋਂ ਬਾਅਦ ਇਹ ਗੱਲ ਕਰੀਏ ਲਾਸਿਓ ਦੀ ਤਾਂ ਲਾਸਿਓ ਹਜੇ ਹੀ ਪ੍ਰੋਸੈਸਿੰਗ ਦੇ ਵਿੱਚ ਆ ਰਿਹਾ ਤਾਂ ਹਜੇ ਉਹਦਾ ਕੋਈ ਵੀ ਡਿਸੀਜਨ ਨਹੀਂ ਲਏ ਹੋ ਰਿਹਾ ਵੀ ਜਿਹੜਾ ਉਹਨੂੰ ਹੁਣ ਜ਼ਾਲੋ ਜ਼ੋਨ ਦੇ ਵਿੱਚ ਕਰਨਗੇ ਜਾਂ ਨਹੀਂ ਕਰਨਗੇ ਪਰ ਗੱਲ ਕਰੀਏ ਲੰਬਰਦੀਆ ਦੀ ਤਾਂ ਲੰਬਰਦੀਆ ਦੇ ਵਿੱਚ ਵੀ ਜਿਹੜੀ ਹੁਣ ਸਿਚੁਏਸ਼ਨ ਆਈ ਉਹ ਠੀਕ ਹੋ ਰਹੀ ਹੈ ਇਹ ਦਿਨ ਪਰ ਦਿਨ ਵੀ ਹੋ ਸਕਦਾ ਹੈ 7 ਫਰਵਰੀ ਤੋਂ ਬਾਅਦ ਕੋਈ ਅਪਡੇਟ ਆ ਜਾਵੇ ਵੀ ਜਿਹਦੇ ਵਿੱਚ ਲੰਬਰਦੀਆ ਵੀ ਜਿਹੜਾ ਜ਼ਾਲੋ ਜ਼ੋਨ ਦੇ ਵਿੱਚ ਜਾ ਸਕਦਾ ਪਰ ਜਿਹੜਾ 7 ਫਰਵਰੀ ਤੱਕ ਹੀ ਹਜੇ ਵੀ ਜਿਹੜਾ ਹੀ ਔਰੇਂਜ ਜ਼ੋਨ ਦੇ ਵਿੱਚ ਇਹ ਲੰਬਰਦੀ ਆ ਤੇ 7 ਫਰਵਰੀ ਤੋਂ ਬਾਅਦ ਹੀ ਕੋਈ ਅਪਡੇਟ ਆਊਗੀ ਜੇ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਇਹੋ ਘਟਦੇ ਆ ਕੋਵਿਡ-19 ਦਾ ਵੀ ਜਿਹੜਾ ਆਰਟੀ ਲੈਵਲ ਇੱਥੇ ਤੇ ਘਟਦਾ ਤਾਂ ਉਹਦੇ ਸਹਾਰੇ ਨਾਲ ਜਿਹੜਾ ਲੰਬਰਦੀਆ ਨੂੰ ਵੀ 7 ਫਰਵਰੀ ਤੋਂ ਬਾਅਦ ਜਿਹੜੇ ਚਾਂਸ ਪੂਰੇ ਆ ਵੀ ਇਹਨਾਂ ਨੇ ਯੈਲੋ ਜ਼ੋਨ ਦੇ ਵਿੱਚ ਕਰ ਦੇਣਾ ਇਸ ਤੋਂ ਬਾਅਦ ਚੱਲਦੇ ਆਂ ਹੁਣ ਆਪਾਂ ਅਗਲੀ ਖਬਰ ਵੱਲ ਜਿਹੜਾ ਕੀ ਹੁਣ ਇਤਲੀ ਦੇ ਵਿੱਚ ਹੀ ਪੈਟਰੋਲ ਤੇ ਡੀਜ਼ਲ ਤਕਰੀਬਨ ਜਿੰਨਾ ਯੂਜ਼ ਕੀਤਾ ਜਾਂਦਾ ਤਾਂ 49.9 ਮਿਲੀਅਨ ਯੂਜ਼ ਕੀਤਾ ਜਾਂਦਾ ਹੀ ਇਹਨੂੰ ਇਹ ਤੋਂ ਵੀ ਉੱਪਰ ਯੂਜ਼ ਕੀਤਾ ਜਾਂਦਾ ਹੀ ਪਰ 2020 ਦੇ ਵਿੱਚ ਇਹ ਘਟਿਆ ਹੀ ਜਿਹੜਾ ਪੈਟਰੋਲ ਤੇ ਡੀਜ਼ਲ ਵੀ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਘੱਟ ਪੋਇਆ ਲੋਕ ਇੱਧਰ ਉੱਧਰ ਘਟ ਗਏ ਆ ਤਾਂ ਉਹਦੇ ਕਰਕੇ ਜਿਹੜਾ ਇਹਨੂੰ ਵੀ ਕਾਫੀ ਜ਼ਿਆਦਾ ਫਰਕ ਪਿਆ ਹੀ ਪਿੱਛੇ ਜਿਹੜੀ ਹੜਤਾਲ ਵੀ ਕੀਤੀ ਗਈ ਸੀ 1 2 ਦਿਨ ਦੰਦੇ ਲਈ ਵੀ ਜਿਹੜਾ ਪੈਟਰੋਲ ਪੰਪ ਵਾਲਿਆਂ ਦਾ ਮਾਲਕਾਂ ਦਾ ਇਹ ਕਹਿਣਾ ਕਿ ਜਿਹੜਾ ਤੁਸੀਂ ਸਾਨੂੰ ਕੋਈ ਵੌਂਸ ਵਗੈਰਾ ਨਹੀਂ ਦਿੱਤਾ ਹੈਗਾ ਤਾਂ ਐਦਾਂ ਹੀ ਜਿਹੜੀ ਇਹ ਆਪਾਂ ਨੇ ਤੁਹਾਨੂੰ ਇੱਕ ਤੁਹਾਡੀ ਨੌਲੇਜ ਦੇ ਲਈ ਉਹ ਨਿਊਜ਼ ਦੇਣੀ ਹੈ ਇਹ ਵੀ ਜਿੰਨਾ ਘਟਿਆ ਹੀ ਉਹ ਸਾਬ ਤੁਹਾਨੂੰ ਦੱਸਦੇ ਆ ਕਿ ਕਿੰਨੇ ਲੋਕ ਇਧਰ ਉਧਰ ਘਟ ਗਏ ਆ ਵੀ ਕਿੰਨਾ ਪਵਾਇਆ ਨਹੀਂ ਹੈਗਾ ਲੋਕਾਂ ਨੇ ਇਟਲੀ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਕਿੰਨਾ ਕੁ ਫਰਕ ਪਿਆ ਤਾਂ 2020 ਦੇ ਵਿੱਚ ਜਿਹੜਾ ਹੀ ਫਰਕ ਪਿਆ ਹੈ ਤਕਰੀਬਨ 17.1 ਘਟ ਗਈ 2019 ਦੇ ਨਾਲੋਂ ਮਤਲਬ ਇਹ ਟੋਟਲ ਆਪਾਂ ਦੇਖੀਏ 10.2 ਮਿਲੀਅਨ ਤੋਂ ਵੀ ਘਟ ਗਈ 2020 ਦੇ ਵਿੱਚ ਤਾਂ ਇਹ ਵਾਰਲਡ ਵਾਰ ਦੇ ਵਿੱਚ ਦੂਜੀ ਵਾਰੀ ਹੋਇਆ ਇਦਾਂ ਇਦਾਂ ਪਹਿਲੀ ਵਾਰੀ ਪਹਿਲਾਂ ਵੀ ਹੋ ਚੁੱਕੇ ਆ ਤਾਂ ਇਹ ਦੂਜੀ ਵਾਰੀ ਹੋਇਆ ਹੀ ਹੁਣ ਜੇਕਰ ਇਹ エアਪਲੈਨ ਦਾ ਦੇਖੀਏ ਆਪਾਂ 에ਰੋਪਲੈਨ ਹੁੰਦੇ ਆ ਜਿਹੜੇ ਤਾਂ ਉਹਨਾਂ ਦੇ ਵਿੱਚ ਵੀ ਜਿਹੜਾ فرق ਰਹੀ 2019 ਦੇ ਨਾਲੋਂ 2020 ਦੇ ਵਿੱਚ ਜਿਹੜਾ ਯੂਜ਼ ਕੀਤਾ ਗਿਆ ਤਾਂ 63.5 ਘਟਿਆਈ 2020 ਦੇ ਵਿੱਚ 2019 ਦੇ ਨਾਲੋਂ ਵੀ ਇੰਨਾ ਜ਼ਿਆਦਾ ਘਟ ਹਵਾਈ ਪਲੇਨ ਆ ਜਿਹੜੇ ਉਹਨਾਂ ਦੇ ਵਿੱਚ ਵੀ ਇਹ ਪਾਇਆ ਗਿਆਈ ਘਟ ਬਹੁਤ ਜ਼ਿਆਦਾ ਪٹرول ਡੀਜ਼ਲ ਜਿਹੜਾ ਚਾਹੇ ਡੀਜ਼ਲ ਡੀਜ਼ਲ ਵਾਲੇ ਹੋਣ ਚਾਹੇ ਪٹرول ਵਾਲੇ ਹੋਣ ਕਿਉਂਕਿ ਗੱਡੀਆਂ ਕਈ ਆਪਣੀਆਂ ਹੁੰਦੀਆਂ ਹੀ ਇਹ ਡੀਜ਼ਲ ਵਾਲੀਆਂ ਗੱਡੀਆਂ ਹੁੰਦੀਆਂ ਪٹرول ਵਾਲੀਆਂ ਗੱਡੀਆਂ ਹੁੰਦੀਆਂ ਤਾਂ ਇਦਾਂ ਹੀ ਇਹ ਦੋ ਦੋਹਾਂ ਦਾ ਇਹਨਾਂ ਨੇ ਐਸਟੀਮੇਟ ਕੱਢਿਆ ਵੀ ਜਿਹੜਾ ਹੀ ਘਟਿਆ ਉਹਦੀ ਪਰਸੈਂਟੇਜ ਦੱਸੀ ਆ ਵੀ ਕਾਫੀ ਜ਼ਿਆਦਾ ਫਰਕ ਪਿਆਈ 2020 ਦੇ ਵਿੱਚ ਵੀ ਲੋਕ ਇੱਧਰ ਉੱਧਰ ਨਾ ਜਾਣ ਕਰਕੇ ਵੀ ਟਰੈਵਲ ਘਟੀ ਆ ਤਾਂ ਟਰੈਵਲ ਘਟਣ ਦੇ ਨਾਲ ਤਕਰੀਬਨ ਹੀ ਪੈਟਰੋਲ ਡੀਜ਼ਲ ਦਾ ਵੀ ਫਰਕ ਪਿਆ ਵੀ ਉਹਨਾਂ ਦੀ ਆਮਦਨ ਵੀ ਘਟੀ ਆ ਤੇ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਆਪਣੀ ਨੈਕਸਟ ਅਪਡੇਟ ਵੱਲ ਜਿਹੜੀ ਕਿ ਇੱਕ ਦੁਖਦਾਈ ਖਬਰ ਇੱਕ ਹੋਰ ਆਈ ਆਈ ਇੱਕ ਆਪਾਂ ਨੇ ਤੁਹਾਨੂੰ ਪਹਿਲਾਂ ਵੀ 2-4 ਦਿਨ ਪਹਿਲਾਂ ਦੱਸੀ ਸੀਗੀ ਕਿ ਇੰਡੀਅਨ ਭਰਾ ਦੀ ਜਿਹੜੀ ਡੈਥ ਹੋਈ ਆ ਤਾਂ ਐਦਾਂ ਹੀ ਜਿਹੜੀ ਹੁਣ ਖਬਰ ਆਈ ਇੱਕ ਹੋਰ ਖਬਰ ਸਾਹਮਣੇ ਆਈ ਆ ਜਿਹੜੀ ਕਿ ਇੰਨੀ ਸੇਫ ਕੰਟਰੀ ਮੰਨੀ ਗਈ ਹੈ ਇਟਲੀ ਤਾਂ ਇੱਥੇ ਵੀ ਆਪਣੇ ਭਰਾ ਹੀ ਕਹਿ ਲੋ ਵੀ ਜਿਹੜਾ ਉਹਨਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕਰਕੇ ਵੀ ਮੁੰਡੇ ਦੀ ਡੈਥ ਹੋਈ ਹੈ ਜਿਹੜੀ ਇਹ ਨਿਊਜ਼ ਹੈਗੀ ਆਈ ਇਹ ਨਿਊਜ਼ ਹੈਗੀ ਆਈ ਇਟਲੀ ਦੇ ਬੈਂਚੈਂਸਾ ਜ਼ਿਲ੍ਹੇ ਦੀ ਪਿੰਡ ਆਰਜਨਿਆਨੋ ਦੀ ਯਈ ਇਹ ਨਿਊਜ਼ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹਦੀ ਵਜ੍ਹਾ ਦੱਸੀ ਜਾ ਰਹੀ ਆ ਵੀ ਕੁੱਟਮਾਰ ਦੀ ਉਹਦੀ ਵਜ੍ਹਾ ਦੱਸੀ ਜਾ ਰਹੀ ਆ ਤੇ ਜਦੋਂ ਇਹ ਵੀਰ ਮਿਲਿਆ ਹੀ ਪੁਲਿਸ ਨੂੰ ਤਾਂ ਇਹ ਬਾਹਰ ਪਾਰਕਿੰਗ ਦੇ ਵਿੱਚ ਮਿਲਿਆ ਹੀ ਤੇ ਜਿਹੜਾ ਕੁਝ ਪ੍ਰੂਫਾਂ ਦੇ ਨਾਲ ਕੁਝ ਜਿਹੜੇ ਦੋ ਮੁੰਡਿਆਂ ਨੂੰ ਜਿਹੜਾ ਸ਼ੱਕ ਦੇ ਤੌਰ ਤੇ ਇੰਡੀਅਨ ਜਿਹੜੇ ਮੁੰਡਿਆਂ ਨੂੰ ਹੀ ਅਰੈਸਟ ਕੀਤਾ ਗਿਆ ਹੀ ਉਹ ਉਹ ਇਸ ਵਜ੍ਹਾ ਤੋਂ ਅਰੈਸਟ ਕੀਤਾ ਗਿਆ ਹੀ ਉਹ ਦੋ ਮੁੰਡਿਆਂ ਨੂੰ ਇੰਡੀਅਨ ਨੂੰ ਜਿਹੜੇ ਨਾਲ ਦੱਸੇ ਜਾ ਰਹੇ ਸੀਗੇ ਵੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਇਹ ਕਬੀ ਹਜੇ ਪੱਕਾ ਪਰੂਫ ਨਹੀਂ ਹੈਗਾ ਇਹ ਇਹਦਾ ਮਿਲਿਆ ਵੀ ਕੁੱਟਮਾਰ ਉਹਨਾਂ ਨੇ ਹੀ ਕੀਤੀ ਆ ਹਜੇ ਪੁਲਿਸ ਵੱਲੋਂ ਜਿਹੜੀ ਛਾਣਵੀਂ ਚੱਲ ਰਹੀ ਆ ਤਾਂ ਜਿਹੜਾ ਅਰੇਸਟ ਕੀਤਾ ਹੀ ਉਹਨਾਂ ਨੂੰ ਕਿਉਂਕਿ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀਗਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹੋ ਜਿਹੜਾ ਨਾਲ ਜਿਹੜੇ ਵੀਰ ਦੀ ਡੈਥ ਹੋਈ ਹੈ 37 ਸਾਲਾ ਪੰਜਾਬੀ ਨੌਜਵਾਨ ਦੀ ਤਾਂ ਉਹਦੇ ਨਾਲ ਇਹ ਦੋ ਜਾਣੇ ਸੀਗੇ ਤਾਂ ਉਹਦੇ ਕਰਕੇ ਹੀ ਪੁਲਿਸ ਨੇ ਉਹਨਾਂ ਨੂੰ ਚੱਕ ਲਏ ਆ ਤੇ ਆਪਣੇ ਪੰਜਾਬ ਤੋਂ ਇਹ ਵੀਰ ਹੈਗਾ ਹੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਵੀਰ ਆ ਜਿਹਦੀ ਡੈਥ ਹੋਈ ਆ ਇਸ ਤੋਂ ਬਾਅਦ ਚਲਦੇ ਆਂ ਜੀ ਨੈਕਸਟ ਅਪਡੇਟ ਵਾਲ ਜਿਹੜੀ ਨੈਕਸਟ ਖਬਰ ਆਈ ਉਹ ਪੁਰਤਗਾਲ ਤੋਂ ਆ ਰਹੀ ਆ ਤੇ ਉੱਥੇ ਉਹ ਜਿਹੜੇ ਪੁਰਤਗਾਲ ਦੇ ਲੋਕ ਆਂ ਸਿਟੀਜ਼ਨ ਲੋਕ ਆਂ ਤਾਂ ਉਹਨਾਂ ਨੂੰ ਹੁਣ ਆਪਣੀ ਕੰਟਰੀ ਆਊਟ ਕਰਨ ਦੀ ਇਜਾਜ਼ਤ ਨਹੀਂ ਹੈਗੀ ਤਾਂ ਉਹ ਆਪਣੀ ਕੰਟਰੀ ਨੂੰ ਆਊਟ ਨਹੀਂ ਕਰ ਸਕਦੇ ਸਿਰਫ ਜੇ ਤੁਹਾਨੂੰ ਕੋਈ ਜ਼ਿਆਦਾ ਹੀ ਜ਼ਰੂਰੀ ਜਾਂ ਕੋਈ ਕੋਈ ਐਮਰਜੈਂਸੀ ਆ ਤਾਂ ਹੀ ਤੁਸੀਂ ਆਪਣੀ ਕੰਟਰੀ ਨੂੰ ਆਊਟ ਕਰ ਸਕਦੇ ਆਂ ਵੀ ਨਹੀਂ ਤੁਸੀਂ ਕੰਟਰੀ ਆਊਟ ਨਹੀਂ ਕਰ ਸਕਦੇ ਤੇ ਜਿਹੜੇ ਡੈਥ ਹੋਈ ਆਈ ਹੁਣ ਪਿਛਲੇ 24 ਘੰਟਿਆਂ ਦੇ ਵਿੱਚ 303 ਲੋਕਾਂ ਦੀ ਡੈਥ ਹੋਈ ਹੈ ਜਿਹੜੇ ਕਾਫੀ ਜ਼ਿਆਦਾ ਕੇਸ ਬਣਨ ਦੇ ਕਾਰਨ ਸਰਕਾਰ ਇਦਾਂ ਦੇ ਜਿਹੜੀ ਸਟੈਪ ਲੈ ਰਹੀ ਹੈ ਵੀ ਜਿਹੜੀ ਲੋਕਾਂ ਨੂੰ ਰੋਕ ਰਹੀ ਹੈ ਵੀ ਤੁਸੀਂ ਕੰਟਰੀ ਆਊਟ ਨਾ ਕਰੋ ਤੇ ਇਸ ਤੋਂ ਬਾਅਦ ਹੀ ਗੱਲ ਕਰੀਏ ਯੂਐਸਏ ਦੀ ਸਿਚੁਏਸ਼ਨ ਦੀ ਤਾਂ ਪਿਛਲੇ ਜਿਹੜੇ 24 ਘੰਟਿਆਂ ਦੇ ਵਿੱਚ ਹੀ ਲੋਕਾਂ ਦੀ ਡੈਥ ਹੋਈ ਹੈ ਤਕਰੀਬਨ 3943 ਲੋਕਾਂ ਦੀ ਹੋਈ ਹੈ ਡੈਥ ਤੇ ਤਕਰੀਬਨ ਜਿਹੜੇ ਨਿਊ ਕੇਸ ਸਾਹਮਣੇ ਆਏ ਆਈ ਇਹ ਉਹ 1 ਲੱਖ 52000 ਕੇਸ ਪਿਛਲੇ 24 ਘੰਟਿਆਂ ਦੇ ਵਿੱਚ ਆਏ ਆਈ ਤੇ ਟੋਟਲ ਡੈਥ ਦੀ ਗੱਲ ਕਰੀ ਗਈ ਆਈ ਆਪਾਂ ਯੂ ਐਸ ਏ ਦੇ ਵਿੱਚ ਤਕਰੀਬਨ 430000 ਲੋਕਾਂ ਦੀ ਹੋ ਚੁੱਕੀ ਆਈ ਡੈਥ ਹੁਣ ਤੱਕ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਆਈ ਉਹ ਹੈਗੀ ਆ ਕਰਮੂਨੇ ਸ਼ਹਿਰ ਤੋਂ ਜਿਹੜੀ ਅਗਲੀ ਨਿਊਜ਼ ਆਈ ਉੱਥੇ ਇੱਕ ਪੁਲਿਸ ਵਾਲੇ ਨੂੰ ਹੀ ਹੋਰ ਤੇ ਕਾਰਵਾਈ ਕੀਤੀ ਗਈ ਆਈ ਉਹਨੂੰ ਡਿਊਟੀ ਤੋਂ ਔਣ ਤੋਂ ਰੋਕ ਦਿੱਤਾ ਗਿਆਈ ਉਹਦੀ ਗੱਲ ਕਿਹਾ ਹੋਈ ਆ ਵੀ ਗੱਲ ਇਹ ਹੋਈ ਆ ਵੀ ਜਦੋਂ ਕੋਈ ਗੱਡੀ ਗਲਤ ਖੜੀ ਹੁੰਦੀ ਸੀਗੀ ਤਾਂ ਜੇ ਉਹ ਪੁਲਿਸ ਵਾਲਾ ਆਫ ਡਿਊਟੀ ਵੀ ਹੁੰਦਾ ਸੀਗਾ ਇਹ ਡਿਊਟੀ ਤੇ ਹੁੰਦਾ ਵੀ ਨਹੀਂ ਸੀਗਾ ਤਾਂ ਉਹ ਗੱਡੀ ਦੀ ਫੋਟੋ ਖਿੱਚਣ ਦਾ ਸੀਗਾ ਤੇ ਹੁਣ ਤੱਕ ਹੀ ਉਹ ਤਕਰੀਬਨ 25 ਜਣਿਆਂ ਨੂੰ ਇਦਾਂ ਮੂਲਤਾ ਕਰ ਚੁੱਕੇ ਆਈ ਗੱਡੀ ਦੇ ਜਿਵੇਂ ਆਪਾਂ ਟਾਰਗੇਟ ਦੇ ਨੰਬਰ ਨਾਲ ਸਾਰਾ ਆਪਣਾ ਹੀ ਐਡਰੈਸ ਵਗੈਰਾ ਨਿਕਲਿਆ ਆਉਂਦਾ ਤਾਂ ਜਿਹੜਾ ਮੂਲਤਾ ਇਹੋ ਘਰ ਭੇਜ ਦਿੰਦਾ ਸੀਗਾ ਇਹੋ ਤੇ ਉਹਦੇ ਕਰਕੇ ਹੀ ਉਹਦੇ ਤੇ ਕਾਰਵਾਈ ਕੀਤੀ ਗਈ ਆ ਕਿਉਂਕਿ ਉਹ ਇਦਾਂ ਕਰ ਨਹੀਂ ਸਕਦਾ ਜੀ ਆਫ ਡਿਊਟੀ ਦੇ ਵਿੱਚ ਇਦਾਂ ਫੋਟੋ ਖਿੱਚ ਨਹੀਂ ਸਕਦਾ ਤੇ ਨਾ ਹੀ ਉਹ ਉਹਦਾ ਮੂਲਤਾ ਕਰ ਸਕਦਾ ਤੇ ਉਹਦੇ ਕਰਕੇ ਉਹਨੂੰ ਹੁਣ ਡਿਊਟੀ ਤੋਂ ਆਉਣ ਤੋਂ ਰੋਕ ਦਿੱਤਾ ਗਿਆ ਵੀ ਜਦੋਂ ਤੱਕ ਜਿਹੜੇ 25 ਉਹਨੇ ਮੂਲ ਤੇ ਕੀਤੇ ਆ ਵੀ ਉਹਨਾਂ ਦੀ ਕਾਰਵਾਈ ਨਹੀਂ ਹੁੰਦੀ ਹੈਗੀ ਤੇ ਅੱਜ ਦੀ ਜਿਹੜੀ ਅਪਡੇਟ ਸੀਗੀ ਤਾਂ ਇਹ ਉਹ ਆਪਣੀ ਐਨಿಕೆ ਸੀਗੀ ਤੇ ਵੀਡੀਓ ਵਧੀਆ ਲੱਗੀ ਤਾਂ ਇਹ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੇ ਤੁਸੀਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਇਹਦੇ ਨਾਲ ਹੀ ਸਾਡੀ ਸਪੋਰਟ ਹੁੰਦੀ ਆ ਤੇ ਇੱਕ ਤਰ੍ਹਾਂ ਦਾ ਕੰਫੀਡੈਂਸ ਇਹ ਮਿਲਦਾ ਹੈ ਤੇ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਵਿੱਚ ਤੇ ਠੀਕ ਆ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਈ